ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਥੀਏਟਰ ਆਰਟਿਸਟ ਹੇਜ਼ਲ ਲੁਧਿਆਣਾ ਤੋਂ। ਅੱਜ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਖੜਨ ਉਹਨਾਂ ਦਾ ਸਾਥ ਦੇਣ ਸਿੰਘੂ ਬਾਰਡਰ ਆਈ। ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਤੁਸੀਂ ਸਾਰੇ ਕਿਸਾਨਾਂ ਦਾ ਸਾਥ ਦਿਓ। ਇਹ ਨਾ ਹੋਵੇ ਕਿ ਆਪਾਂ ਸਾਰਿਆਂ ਨੂੰ ਬਾਅਦ ਵਿੱਚ ਪਛਤਾਉਣਾ ਪਵੇ। ਜੇ ਖਰ ਸ਼ਹਿਰਾਂ ਦੇ ਲੋਕ ਪਿੰਡਾਂ ਦੇ ਲੋਕ ਏਕਾ ਕਰ ਲੈਣ ਤੇ ਆਪਾਂ ਨੂੰ ਕੋਈ ਨਹੀਂ ਹਰਾ ਸਕਦਾ। ਇਕੱਠੇ ਹੋ ਖੜਨਾ ਆਉਂਦਾ, ਜਾਣੇ ਦੁਨੀਆ ਸਾਰੀ, ਅਣਖਾਂ ਲਈ ਲੜਨਾ ਆਉਂਦਾ। ਖਿੱਚ ਲਈਏ ਝੱਟ ਤਿਆਰੀ, ਸ਼ੇਰ ਤਾਂ ਦੱਬ ਲੈਂਦਾ ਪੰਜੇ ਨਾਲ ਬਿੱਲੀ ਨੂੰ, ਵਸਦੇ ਪੰਜਾਬ 'ਚ ਉਹਦੇ, ਦੱਸ ਦਈਏ ਦਿੱਲੀ ਨੂੰ। ਉੱਦਾਂ ਭਾਵੇਂ ਖਿਲਰੇ ਫਿਰਦੇ, ਔਖੇ ਵੇਲੇ ਇਕੱਠੇ ਹਾਂ, ਸੀਨਿਆਂ ਵਿੱਚ ਬੰਬ ਨੇ ਸਾਡੇ, ਸਮਝੋ ਨਾ ਗੱਠੇ ਹਾਂ। ਸਿਆਸਤ ਨੂੰ ਫੂਕ ਦਿਆਂਗੇ, ਦੱਬਤਾ ਜਦ ਕਿੱਲੀ ਨੂੰ, ਵਸਦੇ ਪੰਜਾਬ 'ਚ ਉਹਦੇ, ਦੱਸ ਦਈਏ ਦਿੱਲੀ ਨੂੰ। ਮੰਗਲਾਂ ਹੋਏ ਸਮਝ ਗਏ ਹਾਂ, ਵੈਰੀ ਦੀਆਂ ਖੋਟਾਂ ਨੂੰ ਰਲਣ ਨਹੀਂ ਨੋਟਾ ਵਿੱਚ ਵੋਟਾਂ ਨੂੰ, ਵੇਖਿਓ ਝੱਟ ਛਾਂਟ ਲਵਾਂਗੇ ਪੱਕੀ ਤੇ ਪਿੱਲੀ ਨੂੰ, ਵਸਦੇ ਪੰਜਾਬ 'ਚ ਉਹਦੇ, ਦੱਸ ਦਈਏ ਦਿੱਲੀ ਨੂੰ। ਸਤਿ ਸ੍ਰੀ ਅਕਾਲ। ਹੁਣ ਆਪਾਂ ਆਏ ਆ, ਇਹ ਜੰਗ ਆਪਾਂ ਜਿੱਤ ਕੇ ਹੀ ਜਾਣੀ ਆ। ਦਿੱਲੀ ਸ਼ੇਰ ਪੰਜਾਬੀ ਆ ਗਏ, ਮਹਿਕਦੇ ਫੁੱਲ ਗੁਲਾਬੀ ਆ ਗਏ, ਅੰਨ ਦਾਤੇ ਖੇਤਾਂ ਦੇ ਰਾਜੇ, ਚੱਲ ਕੇ ਚੱਲ ਨਵਾਬੀ ਆ ਗਏ, ਕਹਿਣੀ ਤੇ ਕਰਨੀ ਦੇ ਪੂਰੇ ਪੱਕੇ, ਹਾਜ਼ਰ ਜਵਾਬੀ ਆ ਗਏ, ਹੱਕਾਂ ਦੀ ਹਿੱਸੇਦਾਰੀ ਵਿੱਚ ਹਿੱਸਾ ਪਾਉਣ ਹਿਸਾਬੀ ਆ ਗਏ, ਸਹਿਮ ਗਈ ਤੂੰ ਲੱਗਦਾ ਤੈਨੂੰ ਕੋਈ ਕਰਨ ਖਰਾਬੀ ਆ ਗਏ, ਕਸ਼ਮੀਰ ਵਿਰਕ ਭਗਤ ਸਿੰਘ ਦੇ ਵਾਰਸ ਇਨਕਲਾਬੀ ਆ ਗਏ। ਜੈ ਜਵਾਨ ਜੈ ਕਿਸਾਨ, ਕਿਸਾਨ ਮਜ਼ਦੂਰ ਏਕ।